ਪੰਜਾਬੀ ਇੰਡਸਟਰੀ ਦੇ ਬਾਦਸ਼ਾਹ ਗਿੱਪੀ ਗਰੇਵਾਲ ਲਗਾਤਾਰ ਆਪਣੇ ਸੁਪਰ ਡੁਪਰ ਹਿੱਟ ਸੌਂਗਸ ਦੇ ਨਾਲ ਆਡੀਅנס ਦੇ ਵਿੱਚ ਥਾਂ ਬਣਾਈ ਬੈਠੇ ਨੇ ਤੇ ਉੱਥੇ ਹੀ ਉਹਨਾਂ ਨੇ ਸਾਲ 2022 ਦੇ ਵਿੱਚ ਵੀ ਕਈ ਸਾਰੀ ਪੰਜਾਬੀ ਇੰਡਸਟਰੀ ਨੂੰ ਫਿਲਮਾਂ ਦਿੱਤੀਆਂ ਨੇ ਤੇ ਹੁਣ ਉਹ 2023 ਦੇ ਵਿੱਚ ਵੀ ਕਈ ਫਿਲਮਾਂ ਲੈ ਕੇ ਆਉਣ ਵਾਸਤੇ ਤਿਆਰ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਕੈਰੀ ਔਨ ਜੱਟਾ 3 ਤੇ ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੇ ਵਿੱਚ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਦੀ ਜੋੜੀ ਵੀ ਸਾਨੂੰ ਨਜ਼ਰ ਆਵੇਗੀ वैसे ऐसे लगातार ही गिप्पी गरेवाल ਨੂੰ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹਨਾਂ ਦੇ ਤਿੰਨੋਂ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਦੇਖਦੇ ਰਹਿੰਦੇ ਆ ਤੇ ਉਹਨਾਂ ਦੇ ਤਿੰਨੋਂ ਬੱਚੇ ਵੀ ਆਪਣੇ ਫਾਦਰ ਦੀ ਪੂਰੀ ਸਪੋਰਟ ਕਰਦੇ ਨੇ ਉਹਨਾਂ ਦੀ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੇ ਸੌਂਗਸ ਦੇ ਉੱਤੇ ਰੀਲਸ ਬਣਾ ਕੇ ਵੈਲ ਗਿੱਪੀ ਗਰੇਵਾਲ ਰਹਿੰਦੇ ਨੇ ਫੋਰਨ ਦੇ ਵਿੱਚ ਬਾਵਜੂਦ ਇਸ ਦੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਪੰਜਾਬੀ ਭਾਸ਼ਾ ਦੇ ਨਾਲ ਜੋੜੀ ਰੱਖਿਆ ਜਿਸ ਕਰਕੇ ਉਹਨਾਂ ਦੇ ਬੱਚੇ ਆਪਸ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ ਜੋ ਕਿ ਬੜੀ ਹੀ ਚੰਗੀ ਗੱਲ ਹੈ ਸੋ ਗਿੱਪੀ ਗਰੇਵਾਲ ਨੇ ਹੁਣ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਗੁਰਬਾਜ ਗਰੇਵਾਲ ਦੇ ਨਾਲ ਜਦੋਂ ਗੁਰਬਾਜ ਗਰੇਵਾਲ ਬਣ ਗਏ ਬੈਟਮੈਨ ਇਸ ਵੀਡੀਓ ਨੂੰ ਉਹਨਾਂ ਦੇ ਫੈਨਸ ਕਾਫੀ ਪਸੰਦ ਕਰ ਰਹੇ ਨੇ ਜੇ ਤੁਸੀਂ ਨਹੀਂ ਦੇਖੀ ਇਹ ਵੀਡੀਓ ਹਜੇ ਤੱਕ ਤੇ ਇਹ ਦੇਖੋ ਵੀਡੀਓ ਗੁਰਬਾਜ ਇਹ ਕੀ ਬਣਿਆ ਹੁਣ ਤੂੰ ਬੈਟਮੈਨ ਬੈਟਮੈਨ ਕੀ ਹੁੰਦਾ ਆ ਪਿੱਛੇ ਦਿਖਾ ਆਪਦੀ ਪੱਲੀ ਜੀ ਪਿਛਲੀ ਹਾਂ ਇੱਥੇ ਆ ਇੱਥੇ ਆ ਇੱਧਰ ਨੂੰ ਇੱਥੇ ਆ ਕੇ ਦਿਖਾ ਮੈਨੂੰ ਆ ਪੱਲੀ ਜੀ ਦਿਖਾ ਪਿੱਛੋਂ ਹਾਂ ਉੜਦਾ ਪੱਲਾ ਪੂਰਾ ਤੇਰਾ ਵਾਓ ਨਹੀਂ ਲਿਆ ਬੈਟਮੈਨ ਗੱਲ ਸੁਣ ਪਾਪਾ ਨੂੰ ਪਾਰੀ ਕਰ ਦੇ ਸੋ ਗੁਰਬਾਜ ਗਰੇਵਾਲ ਕਦੇ ਬਣ ਜਾਂਦੇ ਨੇ ਬੈਟਮੈਨ ਤੇ ਕਦੇ ਉਹ ਬਣ ਜਾਂਦੇ ਨੇ ਡਾਕਟਰ ਤੇ ਉਹਨਾਂ ਦੇ ਇਸੇ ਕਿਊਟ ਜਿਹੇ ਅੰਦਾਜ਼ ਨੂੰ ਦੇਖ ਕੇ ਗਿੱਪੀ ਗਰੇਵਾਲ ਦੇ ਫੈਨਸ ਤਾਂ ਖੁਸ਼ ਹੁੰਦੇ ਨੇ ਪਰ ਗੁਰਬਾਜ ਗਰੇਵਾਲ ਦੇ ਫੈਨਸ ਵੀ ਕਾਫੀ ਐਕਸਾਈਟਿਡ ਹੋ ਜਾਂਦੇ ਨੇ ਤੇ ਗੁਰਬਾਜ ਗਰੇਵਾਲ ਨੂੰ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਫੋਲੋ ਵੀ ਕਰਦੇ ਨੇ ਤਾਂ ਕਿ ਗੁਰਬਾਜ ਦੀ ਕੋਈ ਵੀ ਐਕਟੀਵਿਟੀ ਮਿਸ ਨਾ ਹੋ ਜਾਵੇ ਸੋ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਇਨਫੋਰਮੇਸ਼ਨ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ